ਸੋ ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅਤੇ ਤੁਹਾਨੂੰ ਮੇਰੇ ਪਿੱਛੇ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਫੂਡ ਉੱਧਰੋਂ ਕੁਲਵਿੰਦਰ ਮੇਰੇ ਘਰੋਂ ਡੈਡੀ ਕੋਲੋਂ ਆਪਾਂ ਲੈ ਆਏ ਦੁਬਾਰੇ ਅਤੇ ਹੁਣ ਇੱਕ ਤਾਂ ਕਿਤੇ ਛੋਟੇ ਮੋਟੇ ਆਪਾਂ ਨੇ ਕੰਮ ਕਰਾਉਣੇ ਅਤੇ ਕਾਫੀ ਟਾਈਮ ਹੋ ਗਿਆ ਇਹਨੂੰ ਚਲਾਇਆ ਨਹੀਂ ਸੀਗਾ ਅਤੇ ਅੱਜ ਆਪਾਂ ਸ਼ਹਿਰ ਦੇ ਵਿੱਚ ਗੇੜਾ ਲਾਵਾਂਗੇ ਇੱਕ ਫੂਡ 'ਤੇ ਅਤੇ ਤੁਹਾਨੂੰ ਵੀ ਦਿਖਾਵਾਂਗੇ ਪਬਲਿਕ ਦਾ ਰਿਐਕਸ਼ਨ ਵੀ ਦਿਖਾਵਾਂਗੇ ਅਤੇ ਆਪਾਂ ਆਪਣਾ ਭਰਾ ਇਹ ਅਲੀ ਉਹਦੇ ਕੋਲ ਜਾਣਾ ਹੈਗਾ ਅਤੇ ਚੱਲਾਂਗੇ ਫੂਡ 'ਤੇ ਅੱਜ ਫਿਰ ਸ਼ਹਿਰ ਦਿਖਾਉਣੇ ਤੁਹਾਨੂੰ ਰੌਣਕਾਂ ਬਾਜ਼ਾਰ ਦੀਆਂ ਭਰਾਵਾਂ ਨੇ ਪਹਿਲਾਂ ਦੇਖਿਆ ਨਹੀਂ ਹੈਗਾ ਅਤੇ ਜਾਂ ਪਹਿਲੀ ਵਾਰ ਦੇਖ ਰਹੇ ਨੇਗੇ ਚੈਨਲ ਨੂੰ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਰੇ ਅਤੇ ਬਸ ਇਸੇ ਤਰੀਕੇ ਨਾਲ ਹੀ ਪਿਆਰ ਬਣਾਈ ਰੱਖੋ ਅਤੇ ਚੱਲਦੇ ਹਾਂ ਹੁਣ ਸ਼ਹਿਰ ਨੂੰ ਫੋਰਡ 'ਤੇ ਤਾਂ ਦਿਨੇ ਦਿਖਾਵਾਂਗੇ ਤੁਹਾਨੂੰ ਇਹਦੀ ਸਪੈਸ਼ਲ ਜੀ ਵੀਡੀਓ ਬਣਾ ਕੇ ਇੱਕ ਮਿਲਦੇ ਹਾਂ ਸ਼ਹਿਰ ਜਾ ਕੇ ਰਸਤੇ ਦਿਖਾਉਣੇ ਤੁਹਾਨੂੰ ਦੋਸਤੋ ਹੁਣ ਸੰਗਰੂਰ ਦੀ ਸਭ ਤੋਂ ਘੈਂਟ ਲੋਕੇਸ਼ਨ 'ਤੇ ਆਇਆ ਜਿਹੜੀ ਅੱਜ ਕੱਲ੍ਹ ਸਭ ਤੋਂ ਜ਼ਿਆਦਾ ਪਾਪੂਲਰ ਹੋ ਰਹੀ ਹੈ ਦਿਖਾ ਰਿਹਾ ਤੁਹਾਨੂੰ ਮੈਂ ਇਹਦੇ ਬਾਰੇ ਚਲੋ ਚਲੋ ਨਾਲ ਚੱਲੋ ਵੀਰੇ ਅਤੇ ਇਹ ਹੈ ਜੀ ਸੰਗਰੂਰ ਗੇਟ ਇਹ ਆਪਣੇ ਗਰੁੱਪ ਵੱਲੋਂ ਬਣਿਆ ਹੋਇਆ ਹੈਗਾ ਅਤੇ ਆਪਣੇ ਗਰੁੱਪ ਵੱਲੋਂ ਇਹ ਤਿਆਰ ਹੋਇਆ ਹੋਇਆ ਹੈਗਾ ਹਾਂਜੀ ਘੁੰਮਾ ਲਓ ਇਹਨੂੰ ਆ ਲਓ ਦੇਖ ਲਓ ਖਿੱਚ ਲਓ ਖਿੱਚ ਲਓ ਅਤੇ ਇਹਦੇ ਉੱਤੇ ਫੋਟੋ ਖਿਚਾਉਣ ਆਏ ਸੀ ਇਹ ਕਹਿੰਦੇ ਵੀ ਪਹਿਲਾਂ ਟਰੈਕਟਰ ਨਾਲ ਫੋਟੋ ਖਿਚਾਉਣੀ ਹੈਗੀ ਬਾਈ ਕਹਿੰਦੇ ਮੈਂ ਖਿਚਾ ਲਓ ਵੀਰੇ ਮਾੜਾ ਜਿਹਾ ਦੇਖ ਕੇ ਸੈਲਫ ਨਾ ਵੱਜ ਜੇ ਵੀਰੇ ਅਤੇ ਇਹਦੇ ਬਾਰੇ ਦੱਸਦਾ ਹੁਣ ਇਹ ਆਪਣੇ ਗਰੁੱਪ ਵੱਲੋਂ ਬਣਿਆ ਹੋਇਆ ਸੀਗਾ ਅਤੇ ਇਹਦਾ ਰਿਮੋਟ ਹੈ ਮੇਰੇ ਕੋਲ ਇੱਕ ਪਾਸੇ ਸੰਗਰੂਰ ਲਿਖਿਆ ਹੋਇਆ ਇੱਕ ਪਾਸੇ ਆਈ ਲਵ ਸੰਗਰੂਰ ਲਿਖਿਆ ਹੋਇਆ ਅਤੇ ਉਹਦੇ ਸਭ ਤੋਂ ਐਂ ਲਾ ਲਓ ਵੀ ਸਭ ਤੋਂ ਵੱਧ ਫੋਟੋਆਂ ਖਿੱਚੀ ਜਾਂਦੀ ਨੇ ਇਸ ਟਾਈਮ ਅਤੇ ਇਹ ਆ ਦੇਖੋ ਆ ਮੇਰੇ ਕੋਲ ਮੋੜ ਹੈ ਇਹ ਕਲਰ ਸ਼ਾਇਦ ਫੋਨ 'ਚ ਦਿਖ ਰਹੇ ਹੋਣੇ ਤੁਹਾਨੂੰ ਚੇਂਜ ਹੁੰਦੇ ਮੈਂ ਜਿਹੜਾ ਮਰਜ਼ੀ ਕਲਰ ਜਿੱਥੋਂ ਮਰਜ਼ੀ ਵੀ ਸਿਲੈਕਟ ਕਰ ਸਕਦਾ ਡਾਰਕ ਬਲੂ ਹੈ ਫੋਨ 'ਚ ਲਾਈਟ ਸਹੀ ਨਹੀਂ ਆ ਰਹੀ ਹੈਗੀ ਅਤੇ ਹੁਣ ਉੱਧਰਲੇ ਪਾਸੇ ਦਿਖਾਉਣੇ ਇਹਨੂੰ ਅਤੇ ਆਹ ਦੇਖੋ ਇਹਨੇ ਮੈਂ ਤਾਂ ਇੱਥੇ ਇਹਦੀ ਫੋਟੋ ਖਿੱਚਣ ਆਇਆ ਸੀ ਪਰ ਜਿਹੜੇ ਇਹ 'ਤੇ ਫੋਟੋ ਖਿਚਾਉਣ ਆਏ ਸੀ ਉਹ ਆਪਣੇ ਫੋਰ ਨਾਲ ਫੋਟੋਆਂ ਖਿਚਾਉਣ ਲੱਗ ਗਏ ਜਿਹੜੇ ਇਹ 'ਤੇ ਫੋਟੋ ਖਿਚਾਉਣ ਆਏ ਸੀ ਗੇਟ 'ਤੇ ਉਹ ਆਪਣੇ ਫੋਰ ਦਾ ਫੋਟੋ ਖਿਚਾਉਣ ਲੱਗ ਗਏ ਅਤੇ ਇਹ ਹੁਣ ਇਹਦੀ ਗੇਟ ਦੀ ਦੂਸਰੀ ਸਾਈਡ ਹੈਗੀ ਅਤੇ ਦੂਸਰੀ ਸਾਈਡ 'ਤੇ ਵੀ ਆਹ ਦੇਖੋ ਮੇਰੇ ਕੋਲ ਰਿਮੋਟ ਹੈ ਮੈਂ ਜਿਹੜਾ ਮਰਜ਼ੀ ਕਲਰ ਸਿਲੈਕਟ ਕਰ ਸਕਦਾ ਇਹਦੀ ਸਪੀਡ ਵਧਾ ਘਟਾ ਸਕਦੇ ਹਾਂ ਗੇ ਤੋਂ ਅਤੇ ਜਿਹੜਾ ਮਰਜ਼ੀ ਇਹਦੇ ਮੋਡ ਲਾ ਸਕਦੇ ਹਾਂਗੇ ਅਤੇ ਕਾਫੀ ਕੁਛ ਹੈਗਾ ਅਸੀਂ ਆਈ ਲਵ ਸੰਗਰੂਰ ਲਿਖਿਆ ਹੋਇਆ ਇੱਕ ਪਾਸੇ ਪੰਜਾਬੀ 'ਚ ਸੰਗਰੂਰ ਲਿਖਿਆ ਹੋਇਆ ਵੀ ਜਿਹੜਾ ਲੰਘਦਾ ਵੜਦੇ ਲੋਕਾਂ ਨੂੰ ਦਿਖ ਸਕੇ ਪੰਜਾਬੀ 'ਚ ਸੰਗਰੂਰ ਨਾਮ ਲਿਖਿਆ ਹੋਇਆ ਜਿਹੜਾ ਆਪਣਾ ਸ਼ਹਿਰ ਦਾ ਨਾਮ ਲਿਖਿਆ ਹੋਇਆ ਅਤੇ ਆਹ ਦੇਖੋ ਆ ਇਹਦੇ ਹੁਣ ਮਲਟੀ ਕਲਰ ਲਾਤਾ ਇਹ ਆਪਣੇ ਆਪ ਰੰਗ ਚੇਂਜ ਹੋਈ ਜਾਣਗੇ ਅਤੇ ਇਹਦੀ ਸਪੀਡ ਸਲੋਅ ਕਰ ਦਿੰਦੇ ਥੋੜ੍ਹੀ ਜਿਹੀ ਅਤੇ ਚਲੋ ਹੁਣ ਤੁਹਾਨੂੰ ਅੱਗੇ ਲੈ ਚੱਲਦੇ ਹਾਂਗੇ ਸ਼ਹਿਰ ਦੇ ਵਿੱਚ ਆਪਾਂ ਅਲੀ ਕੋਲ ਜਾਂਦੇ ਹਾਂ ਅਤੇ ਹਨੇਰਾ ਹੋ ਜੇ ਪਹਿਲਾਂ ਹੀ ਅਤੇ ਹੁਣ ਆਪਾਂ ਅਲੀ ਕੋਲ ਚੱਲ ਕੇ ਆਉਣੇਗੇ ਅਤੇ ਕਿਵੇਂ ਲੱਗੀ ਲੋਕੇਸ਼ਨ ਕਿਵੇਂ ਲੱਗਿਆ ਇਹ ਆਈਡੀਆ ਸਾਡਾ ਯੂਥ ਫਾਰਵਰਡ ਗਰੁੱਪ ਵੱਲੋਂ ਅਸੀਂ ਕਰਵਾਇਆ ਹੋਇਆ ਇਹ ਅਤੇ ਜ਼ਰੂਰ ਦੱਸਿਓ ਭਰਾ ਤੁਰਨ ਨਹੀਂ ਦੇ ਰਹੇ ਹੈਗੇ ਕਦੇ ਨਾ ਕੋਈ ਤਾਂ ਕੋਈ ਆ ਜਾਂਦਾ ਫੋਟੋ ਖਿਚਾਉਣ ਵਾਸਤੇ ਕਦੇ ਕੋਈ ਆ ਜਾਂਦਾ ਫੋਟੋ ਖਿਚਾਉਣ ਵਾਸਤੇ ਅਤੇ ਹਾਲੇ ਉਰੀ ਖੜ੍ਹਾ ਵੀਰੇ ਜਲਦੀ ਖਿੱਚ ਲਓ ਅਤੇ ਇੱਕ ਗੱਲ ਮੈਂ ਹੁਣ ਤੁਹਾਡੇ ਨਾਲ ਸਾਂਝੀ ਕਰਦਾ ਵੀ ਆਹ ਪ੍ਰੋਜੈਕਟ ਤੋਂ ਬਾਅਦ ਇਹ ਵੀ ਸਾਡਾ ਬੜੇ ਟਾਈਮ ਬਾਅਦ ਤਿਆਰ ਹੋਇਆ ਸੀਗਾ ਆਈ ਲਵ ਸੰਗਰੂਰ 'ਤੇ ਆ ਗੇਟ ਜਿਹੜਾ ਤਿਆਰ ਕੀਤਾ ਸੀ ਬਹੁਤ ਸਾਲ ਲੱਗ ਗਏ ਸੀਗੇ ਅਤੇ ਅਗਲਾ ਪ੍ਰੋਜੈਕਟ ਹੈਗਾ ਸਾਡਾ ਵੱਡੇ ਵੱਡੇ ਮਾਰਬਲ ਦੇ ਸ਼ੇਰ ਜਾਂ ਘੋੜੇ ਲਾਉਣੇ ਨੇ ਸ਼ਹਿਰ 'ਚ ਕਿ ਚੌਂਕਾਂ 'ਚ ਜਾਂ ਸ਼ਹਿਰ ਦੇ ਵਿੱਚ ਹੈ ਨਾ ਵੀ ਲੋਕ ਫੋਟੋਆਂ ਖਿਚਾਇਆ ਕਰਨ ਮਾਰਬਲ ਦੇ ਸ਼ੇਰ ਘੋੜੇ ਲਾਉਣੇ ਨੇ ਅਗਲਾ ਪ੍ਰੋਜੈਕਟ ਸਾਡਾ ਇਹ ਹੈਗਾ ਅਲੀ ਦੀ ਦੁਕਾਨ 'ਤੇ ਇਹਨਾਂ ਦੀ ਰਜਾਈ ਗੱਦਿਆਂ ਦੀ ਦੁਕਾਨ ਹੈਗੀ ਉਰੇ ਨਾਭਾ ਗੇਟ ਸੰਗਰੂਰ ਕੀ ਹਾਲ ਹੈ ਵੀਰੇ ਠੀਕ ਹੋ ਵਧੀਆ ਹਾਂ
ਵੀ ਕੰਮ ਨਿਬੇੜੋ। ਏ ਚੱਲੀਏ ਫਿਰ, ਭੁੱਖ ਬੜੀ ਲੱਗੀ ਹੈ। ਭਰਿਆ ਹੋਇਆ, ਚੱਲ ਤੂੰ ਨਾ ਖਾਈ। ਅਤੇ ਅਲੀ ਨੇ ਲੇਟ ਕਰਾਤਾ, ਬਾਜ਼ਾਰ ਬੰਦ ਕਰਵਾਤਾ, ਅਤੇ ਇਹਦਾ ਜਿਹੜੀ ਅੱਜ ਦੀ ਵੀਡੀਓ ਜ਼ਿਆਦਾ ਇੰਟਰਸਟਿੰਗ ਹੋ ਸਕਦੀ ਸੀਗੀ, ਪਰ ਇਹ ਬੰਦੇ ਨੇ ਆਪਾਂ ਨੂੰ ਲੇਟ ਕਰਾਤਾ। ਚਲੋ ਕੋਈ ਗੱਲ ਨਹੀਂ, ਅੱਜ ਦੀ ਪਾਰਟੀ ਆ ਜੀ, ਇਹਦੇ ਵੱਲੋਂ ਕਰ ਦਿੰਦੇ, ਇਹਨੂੰ ਜੁਰਮਾਨਾ ਲਾ ਦਿੰਦੇ ਹੈਗੇ। ਉਹ ਦੇਖੋ ਬੰਦਾ ਕੀ ਕਰ ਰਿਹਾ, ਕੀ ਕਰ ਰਿਹਾ ਬੰਦਾ, ਤੁਸੀਂ ਸਮਝ ਸਕਦੇ ਹੋ ਵੀ ਇਹ ਇਹ ਐਵੇਂ ਪੈਰ ਕਦੋਂ ਸਾਫ਼ ਕਰਦਾ ਬੰਦਾ। ਮੈਂ ਕਿਹਾ ਅੱਜ ਲੇਟ ਕਰਾਤਾ ਬੰਦੇ ਨੇ ਪਾਰਟੀ ਇਹਦੇ ਵੱਲੋਂ। ਠੀਕ ਹੈ, ਠੀਕ ਹੈ, ਓਕੇ। ਅਲੀ ਕਹਿੰਦਾ ਕਹਿੰਦਾ ਡੋਸਾ ਖਾ ਕੇ ਦੇਖਣਾ, ਨਾ ਮੈਂ ਖਾਧਾ ਪਹਿਲਾਂ, ਬਹੁਤ ਸਾਲ ਪਹਿਲਾਂ ਖਾਧਾ ਸੀ ਅਲੀ, ਬਹੁਤ ਸਾਲ ਪਹਿਲਾਂ, ਅਤੇ ਨਾ ਅਲੀ ਨੇ ਖਾਧਾ। ਮੈਨੂੰ ਟੇਸਟ ਜਿਹਾ ਵੀ ਯਾਦ ਨਹੀਂ ਵੀ ਕਿਹਾ ਜਾਂਦਾ ਹੈਗਾ। ਚਲੋ ਅੱਜ ਬੋਰਡ 'ਤੇ ਡੋਸਾ ਖਾਂਦੇ ਬੈਠ ਕੇ, ਕਿਉਂ ਵੀ ਫਿੱਕੀ ਦਾ ਦੇਖੋ ਫਿਰ ਬਣਾਉਂਦਾ ਡੋਸਾ। ਚਲੋ ਦੋਸਤੋ, ਡੋਸਾ ਖਾ ਕੇ ਮਿਲਦੇ ਹਾਂ ਹੁਣ, ਖੋੜ ਦੇ ਧਰ ਕੇ ਖਾ ਰਹੇ ਹਾਂ, ਖੋੜ ਅਤੇ ਡੋਸਾ। ਅਤੇ ਡੋਸਾ ਖਾ ਲਿਆ, ਹੁਣ ਕਹਿੰਦਾ ਕੀ ਖਾਣਾ? ਕੁਲਫਾ, ਕੁਲਫੀ। ਕੁਲਫੀ ਤਾਂ ਤੁਹਾਨੂੰ ਸੁਣਿਆ ਹੋਊਗਾ, ਦਾਲ ਫਿੱਕੀ ਸੀ ਕਹਿੰਦਾ, ਸਵਾਦ ਜਿਹਾ ਖਰਾਬ ਹੀ ਹੋ ਗਿਆ। ਠੀਕ ਸੀ ਯਾਰ ਫਿਰ ਵੀ, ਹਾਂ ਠੀਕ ਸੀਗਾ ਦੂਜਾ ਲੱਗਿਆ ਹੋਇਆ ਦਾਲ। ਹਾਂ ਦਾਲ, ਦਾਲ ਤਾਂ ਉਹ ਨਹੀਂ ਘਰੇ ਨਹੀਂ ਖਾਂਦੇ ਦਾਲ ਤਾਂ, ਨਾ ਆਲੂ ਹੈਗੇ ਸੀ ਵਿੱਚ, ਕੱਦੂ ਵੀ ਸੀਗਾ। ਅਤੇ ਚਲੋ ਜੀ, ਹੁਣ ਆਪਾਂ ਅਲੀ ਨੂੰ ਕੁਲਫੀ, ਕੁਲਫੀ ਦਾ ਤੁਹਾਨੂੰ ਸਾਰਿਆਂ ਨੇ ਸੁਣਿਆ, ਕੁਲਫਾ ਸੰਗਰੂਰ ਦਾ ਕੁਲਫਾ ਖਵਾਉਣੇ ਹੈਗੇ, ਸੰਗਰੂਰ ਦਾ ਕੁਲਫਾ ਖਵਾਉਣਾ ਅਲੀ ਆਪਣਾ। ਆਹ ਭਾਈ ਵੀ ਅਲੀ ਹੈਗਾ, ਇਹਦਾ ਨਾਮ ਵੀ ਅਲੀ ਆ, ਉਹ ਵੀ ਅਲੀ ਹੈਗਾ, ਅਤੇ ਸਪੋਰਟਸਮੈਨ ਹੈ ਮੁੰਡਾ ਸਾਡਾ, ਪਰ ਬੋਲਣ 'ਚ ਥੋੜ੍ਹਾ ਜਿਹਾ ਤੰਗ ਹੈ ਨਾ, ਗੇਅਰ ਫਸਦਾ ਮੁੰਡੇ ਦਾ ਸਾਡੇ ਦਾ। ਅਤੇ ਇਹਦਾ ਇਹਦੀ ਆਹ ਮੋਡੀਫਾਈ ਕੀਤਾ ਹੋਇਆ ਗਾ ਸਾਈਕਲ, ਸਾਈਕਲ ਦੀਆਂ ਲਾਈਟਾਂ, ਆਹ ਮਿਊਜ਼ਿਕ ਸਿਸਟਮ ਦੇਖੋ ਚੱਲਦਾ ਕਾਲਾ, ਲਾਈ ਮੁੜ ਲਈ ਲਾਈ, ਇਹਨੂੰ ਬੰਦ ਕਰੀ ਕਾਲੇ ਨੂੰ, ਗਾਣੇ ਬੰਦ ਕਰ ਦੇ। ਅੱਛਾ ਮੂਹਰੇ ਵੀ ਲਾਈਟਾਂ, ਆਹ ਦੇਖੋ ਮੂਹਰੇ ਵੀ ਲਾਈਟ ਚੱਲ ਰਹੀ ਹੈਗੀ, ਬੈਟਰੀ ਲਾਈ ਹੋਈ ਹੈਗੀ ਮੁੰਡੇ ਨੇ, ਪੂਰਾ ਮੋਡੀਫਾਈ ਕਰ ਰੱਖਿਆ ਸਾਈਕਲ। ਹੋਰ ਫਿਰ ਆਇਆ ਕੁਲਫਾ ਖਾਈਏ, ਆਇਆ ਵਾਲੀ, ਦੋ ਦੋ ਵਾਲੀ ਹੋ ਗਏ ਉਰੇ, ਵਧੀਆ। ਕੀ ਖਵਾਏਗਾ ਯਾਰ, ਕੁਲਫਾ ਖਾਣਾ ਆਇਆ ਸੀ ਇਸ ਤਰ੍ਹਾਂ ਤੇਰੇ ਕੋਲ ਅੱਜ, ਸਰ ਪੁੱਛਦਾ ਅਲੀ ਨੂੰ।
ਠੰਡ ਕਰਕੇ ਗੁਲਫਾ ਤਾਂ ਬੰਦ ਹੋ ਗਿਆ ਠੰਡ ਕਰਕੇ, ਅਤੇ ਅਲੀ ਤੈਨੂੰ ਨਾਲ ਲਿਆਉਣ ਦਾ ਕੋਈ ਫਾਇਦਾ ਨਹੀਂ ਯਾਰ ਕਦੇ ਵੀ, ਇਹੋ ਜਿਹਾ ਕੁਝ ਹੁੰਦਾ ਮੇਰੇ ਨਾਲ ਜਦੋਂ ਵੀ ਹੁੰਦਾ ਹੈਗਾ। ਅਤੇ ਹੁਣ ਰਸ ਮਲਾਈ ਖਾਣੀ ਪਊਗੀ, ਨਾ ਰਸ ਮਲਾਈ ਖਾਣੀ ਪਊਗੀ, ਖਾ ਲਾਂਗੇ ਲੈ ਉਹਨੂੰ ਬੁਲਾ ਲਈ ਨੂੰ ਲਾ ਵੀ ਅਲੀ ਪੂਰੀ ਬੈਠੀਏ ਪੂਰੀ ਬੈਠਦੇ ਤੇਰਾ ਆਹ ਸੁਣਦੇ ਆ ਗਾਣੇ ਤੇ ਬਸ ਇੰਜੋਏ ਕਰਦੇ ਹਾਂ ਬਾਈ, ਹੈ ਨਾ। ਤੁਸੀਂ ਜਿਹੜੇ ਭਰਾ ਦੇਖ ਰਹੇ ਹੋਗੇ, ਕੋਈ ਹਵਾਬਾਜ਼ੀ ਨਹੀਂ, ਕੋਈ ਫੁਕੜੀਬਾਜ਼ੀ ਨਹੀਂ ਹੈਗੀ। ਅਸੀਂ ਐਂ ਲਾ ਲਓ ਵੀ ਮਾੜੇ ਟਾਈਮ ਵੀ ਬੜੇ ਦੇਖੇ ਨੇਗੇ, ਪਰ ਆਹ ਚੀਜ਼ ਵੀ ਐਂ ਲਾ ਲਓ ਵੀ ਅਸੀਂ ਹਮੇਸ਼ਾ ਮਿਸ ਕਰਦੇ ਹੁੰਦੇ ਹੈਗੇ। ਤੁਹਾਡੇ ਕੋਲ ਕਾਫੀ ਲਾਈਫ 'ਚ ਤੁਸੀਂ ਅੱਗੇ ਲੰਘ ਜਾਓਗੇ, ਪਰ ਜਿਹੜੀਆਂ ਆਹ ਯਾਦਾਂ ਹੁੰਦੀਆਂ ਨੇ ਨਾ ਵੀ ਇਹ ਸਦਾ ਯਾਦ ਰਹਿਣੀਆਂ ਨੇਗੀਆਂ, ਉਹ ਕਰਕੇ ਅਸੀਂ ਬਸ ਯਾਦਾਂ ਇਕੱਠੀਆਂ ਕਰਦੇ ਰਹਿੰਦੇ ਹੈਗੇ, ਐਂ ਘੁੰਮ ਕੇ ਇੰਜੋਏ ਕਰਦੇ ਰਹਿੰਦੇ ਹੈਗੇ। ਅਤੇ ਬਾਕੀ ਕਿਉਂ ਜੀ ਵਧੀਆ ਅਤੇ ਗੱਲ ਠੀਕ ਹੈ ਕੀ ਕਹਿ ਰਿਹਾ ਸੀਗਾ? ਵਧੀਆ ਵਧੀਆ ਦਿੱਲੀ ਦਿੱਲੀ ਵਧੀਆ ਦਿੱਲੀ ਬਾਬਾ ਪੰਜਾਬ ਵਧੀਆ ਪੰਜਾਬ ਆਪਣਾ ਪੰਜਾਬ ਵਧੀਆ ਪੰਜਾਬ ਆਪਣਾ ਪੰਜਾਬ ਹਾਂ ਵਧੀਆ ਦਿੱਲੀ ਪੰਜੂ ਵਾਲਾ ਦਿੱਲੀ ਤੇ ਤੂੰ ਦਿੱਲੀ ਧਰਨੇ ਤੇ ਗਿਆ ਨਹੀਂ ਹੈਗਾ ਫਿਰ? ਦਿੱਲੀ ਬੇਕਾਲ ਹੈ, ਪੰਜਾਬ ਵਧੀਆ ਪੰਜਾਬ ਵਧੀਆ। ਆਪਾਂ ਚੱਲੀਏ ਦਿੱਲੀ ਫਿਰ? ਆਪਾਂ ਦਿੱਲੀ ਬੇਕਾਲ ਧਰਨਾ ਲਾਉਣ ਨਹੀਂ ਜਾਣਾ ਆਪਣੇ ਘਰ, ਪੰਜਾਬ ਵਧੀਆ ਪੰਜਾਬ ਹਾਂ ਹਾਂ ਪਾਤੀ ਗੌਰਵ ਕੁਲਫੀ ਖੜੀਆਂ ਨੇ ਜੀਪਾਂ, ਮੈਂ ਅੱਜ ਵੀ ਦੇਖੀ ਹੈਗੀ। ਦੋ ਲੱਖ ਮੰਗਦੇ ਨੇ ਯਾਰ, ਪਹਿਲਾਂ ਨਹੀਂ ਲੈਂਦੇ, ਥੋੜ੍ਹਾ ਸੈਟਿੰਗ ਹੋ ਜਾਂਦੇ ਆਪਣੀ, ਥੋੜ੍ਹੇ ਟਾਈਮ ਤੱਕ ਲੈਂਦੇ ਹੈਗੇ। ਹਾਂ ਵੀ ਸੋਹਣੀ ਹੈਗੀ ਇਹੋ ਜਿਹੀ, ਆਪਾਂ ਨੋਰਮਲ ਟਾਇਰਾਂ ਲਈ ਰੱਖਾਂਗੇ ਹਲੀ, ਵੀ ਜਿੱਥੇ ਆਪਾਂ ਨੂੰ ਜਿਵੇਂ ਪਹਿਲਾਂ ਰੱਖੀ ਸੀ ਆਪਾਂ ਨੇ ਪੁਲਿਸ ਵਾਲੇ ਪਿੱਛੇ ਪੈ ਕੇ ਕਦੇ ਕੀ ਕਰ ਲਓ ਭਜਾਈ ਫਿਰੀ ਜਾਵਣਾ, ਵੀ ਜਿੱਥੇ ਆਪਾਂ ਆਰਾਮ ਨਾਲ ਜਿਵੇਂ ਟਰੈਕਟਰ 'ਤੇ ਘੁੰਮਦੇ ਗੱਡੀ, ਹਾਂ ਨੋਰਮਲ ਟਾਇਰਾਂ 'ਚ ਵੀ ਆਪਾਂ ਜਿੱਥੇ ਮਰਜ਼ੀ ਲਿਜਾ ਸਕੀਏ ਗੱਡੀ ਨੂੰ, ਪੁਲਿਸ ਵਾਲੇ ਦਾ ਕੋਈ ਡਰ ਨਾ ਹੋਵੇ, ਉਹ ਜਿਹੀ ਗੱਡੀ ਰੱਖਾਂਗੇ ਹਲੀ। ਟਾਈਮ ਹੋ ਗਿਆ, ਓਕੇ ਹਲੀ ਠੀਕ ਹੈ ਬਾਏ। ਹਲੀ ਦਾ ਡੈਡੀ ਕਹਿੰਦੇ ਮੇਰੀ ਫੋਟੋ ਖਿੱਚ ਸਟੇਟਸ 'ਤੇ ਲਾਵਾਂਗੇ। ਚਲੋ ਖੜੋ ਆ ਜਾਓ, ਲਾਈਟ ਇੱਧਰੋਂ ਲਾਈਟ ਸਹੀ ਪਊਗੀ ਹੁਣ। ਹਾਂਜੀ ਉੱਥੇ ਬੈਠ ਕੇ ਖਿਚਾਓ, ਬੈਠ ਕੇ ਵੀ ਪਹਿਲਾਂ ਥੱਲੇ ਵੀ ਖਿਚਾ ਲਓ, ਮੂਹਰੇ ਵੀ ਫਿਰ ਬੈਠ ਕੇ ਵੀ ਖੜ ਜਾਓ, ਖੜ ਜਾਓ ਧਿਆਨ ਨਾਲ। ਡੈਡੀ ਦੀਆਂ ਫੋਟੋ ਖਿੱਚ ਰਹੇ, ਲੰਘ ਜਾਓ ਵੀਰੇ, ਲੰਘ ਜਾਓ ਮੇਰੇ ਵਾਲੇ 'ਚ ਜ਼ਿਆਦਾ ਸੋਹਣੀ ਆ ਰਹੀ ਹਲੀ, ਮੈਂ ਖਿੱਚਦਾ ਖੜ ਜਾ, ਆਹ ਸੋਹਣੀ ਆ ਰਹੀ। ਹਾਂਜੀ ਆ ਗਈ, ਉੱਪਰ ਬੈਠ ਜਾਓ ਹੁਣ, ਉੱਧਰਲੇ ਪਾਸੋਂ ਜੀ ਹੁਣ ਉੱਪਰ ਚੜ ਰਹੇ ਨੇ ਜੀ, ਹਾਂ ਉਰੇ ਬੈਠ ਜਾਓ ਬਸ। ਉੱਧਰ ਰਾਜਸਥਾਨ 'ਚ ਹੁੰਦੇ ਸੀ ਪਹਿਲਾਂ ਫੋਰਡ, ਉੱਧਰ ਹੁੰਦੇ ਸੀ ਨਾ ਕਾਫੀ ਨੇ ਰਾਜਸਥਾਨ 'ਚ, ਹੁਣ ਵੀ ਹੈਗੇ ਨੇਗੇ। ਅਤੇ ਹਾਂਜੀ ਦੋਸਤੋ, ਇੰਜੋਏ ਦਾ ਇੰਜੋਏ ਹੋ ਗਿਆ ਕਿਉਂਕਿ ਯਾਰ ਥੱਕ ਜਾਂਦੇ ਹੈਗੇ, ਵੀਡੀਓ ਵੀ ਬਣ ਗਈ, ਇੰਜੋਏ ਵੀ ਹੋ ਗਏ, ਦੋਨੇ ਕੰਮ ਅੱਜ ਇਕੱਠੇ ਕਰ ਲਏ ਨੇਗੇ। 10 ਤੋਂ 7 ਵੱਜ ਜਾਂਦੇ ਨੇਗੇ ਜੋਬ 'ਤੇ, ਉਸ ਤੋਂ ਬਾਅਦ ਫਿਰ ਵੀਡੀਓ ਬਣਾਓ, ਐਡਿਟ ਕਰੋ ਸਾਰਾ ਦਿਨ। ਹੁਣ ਆਹ ਤਰੀਕਾ ਠੀਕ ਹੈ ਵੀ ਨਾਲੇ ਇੰਜੋਏ ਵੀ ਕਰ ਲੈਂਦੇ, ਨਾਲੇ ਤੁਹਾਡੇ ਲਈ ਵੀਡੀਓ ਵੀ ਬਣਾ ਲੈਂਦੇ ਹੈਗੇ, ਆਹ ਦੋਨੇ ਕੰਮ ਠੀਕ ਨੇ ਇਕੱਠੇ। ਅਤੇ ਓਕੇ, ਮਿਲਦੇ ਜੀ ਅਗਲੀ ਵੀਡੀਓ ਦੇ ਵਿੱਚ, ਜ਼ਿਆਦਾ ਲੰਬੀ ਹੋ ਗਈ ਵੀਡੀਓ ਇਹ।